इलाके सरबजीत जी मखण ने इन्होंने सीते लाया है। अज देश का इंसान भी खतरे च है, देश की इंसानियत भी खतरे च है, देश का संविधान भी खतरे च है। जे गल करिए जेकर कैप्टन समझौता करवा दिंदा है खेती कानून बीजेपी दे थ्रू रद्द करवा दिंदा है कि तुसी साथ ओदे कोल केड़ी पावर है जे खेती कानून रद्द कराने दी? ओ मुख्यमंत्री सी, ओदे कोल पावर नहीं सी, हुण ओदे कोल पावर आ गई। सरबजीत मखण जी नु सी इत्थे अगे लाता ते बाकी लोकां दे बाद भी इन्हां नु अगे लाउंदा। सरंद दे विच किसानां दी मीटिंग कर रही कीती है इत्थे ते मिशन पंजाब नु होर अगे वधाउण वास्ते अज इलाके दे जिहड़े किसान ने उन्हां नू इकट्ठे कीता है ते इस इलाके दे विच सरबजीत जी मखण ने इन्हां नू अगे लाया है ते बेनती कीती है वी मिशन 2022 जिहड़ा मिशन पंजाब जिहड़ा है उस तों उहदा मतलब है कि वी पंजाब दे विच किसानां दा मजदूरां दा आम जनमानस दा राज लियाओ, रवायती जिहड़ी पार्टियां है ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰੋ, ਉਹਨਾਂ ਨੂੰ ਸੱਤਾ ਤੋਂ ਬਾਹਰ ਕਰੋ, ਕਿਉਂਕਿ ਸਾਡੀ ਅੱਜ ਜਿਹੜੀ ਆ ਜਿਹੜੀ ਹਾਲਤ ਦੇਸ਼ ਦੀ ਕੀਤੀ ਹੈ, ਅੱਜ ਦੇਸ਼ ਦਾ ਇਨਸਾਨ ਵੀ ਖਤਰੇ 'ਚ ਹੈ, ਦੇਸ਼ ਦੀ ਇਨਸਾਨੀਅਤ ਵੀ ਖਤਰੇ 'ਚ ਹੈ, ਦੇਸ਼ ਦਾ ਸੰਵਿਧਾਨ ਵੀ ਖਤਰੇ 'ਚ ਹੈ ਤੇ ਇਹ ਜਿਹੜਾ ਵੋਟ ਹੈ ਉਹ ਰਵਾਇਤੀ ਪਾਰਟੀਆਂ ਦੀ ਨਹੀਂ, ਉਹਨਾਂ ਦੀ ਫੈਕਟਰੀ ਨਹੀਂ ਹੈ, ਵੋਟ ਲੋਕਾਂ ਦੀ ਹੈ। 80 ਲੱਖ ਤੋਂ ਜ਼ਿਆਦਾ ਵੋਟ ਕਿਸਾਨਾਂ ਦੀ ਹੈ, ਇੰਨੇ ਕੁ ਉਹਦੇ ਨਾਲ ਜਿਹੜੇ ਖੇਤ ਮਜ਼ਦੂਰ ਨੇ ਉਹ ਜੁੜੇ ਨੇ। ਇਹ ਸਾਰੇ ਜੇ ਇਕੱਠੇ ਹੋਣ ਤੇ ਇਹ ਸਾਰੇ ਜਿਹੜਾ ਹੈ ਆਪਣਾ ਰਾਜ ਲਿਆ ਸਕਦੇ ਨੇ। ਜੇ ਆਪਣਾ ਰਾਜ ਲਿਆਉਣਗੇ ਜਿਹਦੀ ਵੋਟ ਉਹਦਾ ਰਾਜ, ਜੇ ਆਪਣਾ ਰਾਜ ਲਿਆਉਣਗੇ ਤੇ ਫਿਰ ਉਹ ਕਾਨੂੰਨ ਬਣਾ ਸਕਦੇ ਨੇ ਜਿਹੜੇ ਪੈਸੇ ਦਾ ਮੂੰਹ ਜਿਹੜਾ ਉਤਲੇ ਲੋਕਾਂ ਵੱਲ ਜਾ ਰਿਹਾ ਉਹ ਵਾਪਸ ਥੱਲੇ ਲੋਕਾਂ ਦੀ ਆਮਦਨ ਵਧੇ। ਸਰ ਸਰਬਜੀਤ ਸਿੰਘ ਮੱਖਣ ਨੂੰ ਤੁਸੀਂ ਉਮੀਦਵਾਰ ਐਲਾਨਤਾ? ਦੇਖੋ ਉਮੀਦਵਾਰ ਤੇ ਜਦੋਂ ਪਾਰਟੀ ਰਜਿਸਟਰਡ ਹੋਏਗੀ ਉਸ ਤੋਂ ਬਾਅਦ ਐਲਾਨਿਆ ਜਾਂਦਾ, ਪਰ ਅਸੀਂ ਅੱਗੇ ਲਾਤਾ ਇਹਨਾਂ ਨੂੰ। ਅਸੀਂ ਲੋਕਾਂ ਨੂੰ ਕਿਹਾ ਵੀ ਆਹ ਜਿਹੜੇ ਸਾਡੇ ਆਗੂ ਨੇ ਇੱਥੋਂ ਦੇ ਉਹ ਸਰਬਜੀਤ ਮੱਖਣ ਜੀ ਹੋਣਗੇ। ਜੇਕਰ ਤੁਸੀਂ ਇੱਥੋਂ ਚੋਣਾਂ ਲੜ ਰਹੇ ਹੋ, ਬਾਕੀ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਤੁਹਾਡੀ ਸਪੋਰਟ ਕਰਨਗੀਆਂ? ਕੁਛ ਕਰਨਗੀਆਂ, ਕੁਛ ਸ਼ਾਇਦ ਹੋ ਸਕਦਾ ਹੈ। ਇਹ ਰਾਜਨੀਤਿਕ ਵੀ ਰਹਿਣ, ਕਿਉਂਕਿ ਅਸੀਂ ਵੀ ਰਾਜਨੀਤਿਕ, ਜਿਹੜਾ ਕਈ ਪਾਰਟੀਆਂ ਨੇ ਫੈਸਲਾ ਲਿਆ ਹੋਇਆ ਜਥੇਬੰਦੀਆਂ ਨੇ ਵੀ ਅਸੀਂ ਤੇ ਸਾਰੀ ਉਮਰ ਇਹ ਰਾਜਨੀਤਿਕ ਹੀ ਰਹਿਣਾ ਹੈ, ਅਸੀਂ ਤੇ ਅੰਦੋਲਨ ਹੀ ਲੜਨੇ ਹੈ। ਆਪੋ ਆਪਣੀ ਸਮਝ ਆਪੋ। ਜੇ ਗੱਲ ਕਰੀਏ ਜੇਕਰ ਕੈਪਟਨ ਸਮਝੌਤਾ ਕਰਵਾ ਦਿੰਦਾ ਹੈ ਖੇਤੀ ਕਾਨੂੰਨ ਬੀਜੇਪੀ ਦੇ ਥਰੂ ਰੱਦ ਕਰਵਾ ਦਿੰਦਾ ਹੈ ਕੀ ਤੁਸੀਂ ਸਾਥ ਦਿਓਗੇ? ਉਹਦੇ ਕੋਲ ਕਿਹੜੀ ਪਾਵਰ ਹੈ ਜੇ ਖੇਤੀ ਕਾਨੂੰਨ ਰੱਦ ਕਰਾਉਣ ਦੀ? ਉਹ ਮੁੱਖ ਮੰਤਰੀ ਸੀ, ਉਹਦੇ ਤੋਂ ਉਹਦੇ ਕੋਲ ਪਾਵਰ ਨਹੀਂ ਸੀ, ਹੁਣ ਉਹਦੇ ਕੋਲ ਪਾਵਰ ਆ ਗਈ। ਉਹ ਖਾਲੀ ਇੰਨੇ ਕਰਕੇ ਜਿਹੜਾ ਗੱਲਬਾਤ ਕਰਨ ਵਾਸਤੇ ਜਾਂਦਾ, ਮੈਨੂੰ ਇਹ ਲੱਗਦਾ ਵੀ ਉਹ ਗੱਲਬਾਤ ਤੇ ਕਰਨ ਜਾਂਦਾ ਆਪਣੀ, ਨਾ ਲੈਂਦਾ ਕਿਸਾਨਾਂ ਦਾ। ਜੇ ਆਪਣੀ ਸਿੱਧੀ ਗੱਲਬਾਤ ਕਹਿ ਕੇ ਕਰਨ ਜਾਏ ਵੀ ਮੈਂ ਬੀਜੇਪੀ ਦੇ ਨਾਲ ਤਾਲਮੇਲ ਕਰਨ ਵਾਸਤੇ ਜਾ ਰਿਹਾ ਤੇ ਪੰਜਾਬ ਦੇ ਲੋਕ ਐਕਸੈਪਟ ਨਹੀਂ ਕਰਨਗੇ ਤੇ ਉਹ ਅੰਦਰ ਦੀ ਗੱਲ ਦੇ ਬਾਹਰ ਆ ਕੇ ਦੱਸੀ ਨੀ ਫਿਰ ਕੀ ਹੋਈ? ਪੁੱਛੋ ਕੈਪਟਨ ਸਾਹਿਬ ਨੂੰ ਕੀ ਗੱਲ ਕਰਕੇ ਆ, ਫਿਰ ਕੀ ਉਹਨਾਂ ਨੇ ਕਿਹਾ, ਕੀ ਇਹਨਾਂ ਨੇ ਕਿਹਾ? ਸਾਹਿਬ ਸੰਸਦ ਕੋਚ ਦੀ ਗੱਲ ਰੱਖੀ ਸੀ, ਉਹਦੇ ਬਾਰੇ ਕੋਈ ਸੰਸਦ ਕੋਚ ਦੀ ਗੱਲ? ਸੰਸਦ ਕੋਚ ਦੀ ਅਸੀਂ ਕੱਲ ਹਰਿਆਣਾ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਵੀ ਸੰਸਦ ਕੋਚ ਆਪਾਂ ਨੇ ਕਰਨਾ ਤੇ ਉਹਦੇ ਬਾਰੇ ਉਹਦਾ ਜਿਹੜਾ ਏਜੰਡਾ ਹੈ ਉਹ ਆਪਾਂ ਹਰਿਆਣੇ ਵੱਲੋਂ ਐਸਕੇਐਮ ਦੇ ਵਿੱਚ ਰੱਖਣਾ। ਜੇ ਐਸਕੇਐਮ ਪਾਸ ਕਰੇਗਾ ਤਾਂ ਸੰਸਦ ਪੁੱਛਦਾ ਹੈ, ਜੇ ਆਪਾਂ ਫੁੱਟ ਨਹੀਂ ਪਾਉਣਾ ਚਾਹੁੰਦੇ ਉਹ ਸਾਡੀ ਮਜਬੂਰੀ ਹੈ, ਕੋਈ ਬਾਗੀ ਹੋ ਕੇ ਨਹੀਂ ਚੱਲਣਾ ਚਾਹੁੰਦੇ, ਪਰ ਪੰਜਾਬ ਦੀ ਜਿਹੜੀ ਜਿਹੜਾ ਐਸਕੇਐਮ ਉਸ ਤੇ ਅਸੀਂ ਦਬਾਅ ਬਣਾਉਣਾ। ਤੁਸੀਂ ਕਿਹੜੀ ਪਾਰਟੀ ਬਣਾ ਰਹੇ ਹੋ ਜੀ? ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਜਿਵੇਂ ਹੋਰ ਵੀ ਜਿਵੇਂ ਕਿ 12 ਮਿਸਲਾਂ ਸੀ, ਇੱਕ ਝੰਡੇ ਚੱਲੇ ਲੜਦੀਆਂ ਰਹੀਆਂ ਇਲੈਕਸ਼ਨਾਂ ਤੇ ਉਹ ਤੁਹਾਡੇ ਨਾਲ ਆ ਰਹੇ ਨੇ, ਤੁਸੀਂ ਉਹਨਾਂ ਨੂੰ ਸਪੈਕਟ ਕਰੋਗੇ ਜਿਹੜੇ ਨਾਲ ਹੋਰ ਕਿਸਾਨ ਜਥੇਬੰਦੀਆਂ? ਬਿਲਕੁਲ ਐਕਸੈਪਟ ਕਰਾਂਗੇ, ਹੱਥ ਵੀ ਜੋੜਾਂਗੇ, ਪੈਰ ਵੀ ਫੜਾਂਗੇ। ਆ ਜਾਓ ਭਰਾਓ ਇਕੱਠੇ ਹੋ ਕੇ ਲੜੀਏ। ਹਾਂਜੀ, ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਕਿਸਾਨ ਦਾ? ਸਾਡੇ ਲੋਕਤੰਤਰ ਦੇ ਵਿੱਚ ਮੁੱਖ ਮੰਤਰੀ ਨਹੀਂ ਚੁਣਿਆ ਜਾਂਦਾ, ਸਾਡੇ ਲੋਕਤੰਤਰ ਦੇ ਵਿੱਚ ਪ੍ਰਧਾਨ ਮੰਤਰੀ ਵੀ ਨਹੀਂ ਚੁਣਿਆ ਜਾਂਦਾ। ਇਹਦੀ ਲੋੜ ਹੈ, ਇੱਕ ਵੱਖਰਾ ਵਿਸ਼ਾ ਹੈ ਕਿ ਸੀਐਮ ਦਾ ਇਲੈਕਸ਼ਨ ਡਾਇਰੈਕਟ ਹੋਣਾ ਚਾਹੀਦਾ ਹੈ, ਪੀਐਮ ਦਾ ਇਲੈਕਸ਼ਨ ਡਾਇਰੈਕਟ ਹੋਣਾ ਚਾਹੀਦਾ ਹੈ, ਇਹ ਬਦਕਿਸਮਤੀ ਸਾਡੀ। ਇਹ ਲੋਕਤੰਤਰ ਦਾ ਇੱਕ ਹਿੱਸਾ ਹੈ, ਉਹ ਸਿਸਟਮ ਲਾਗੂ ਹੋਣਾ ਚਾਹੀਦਾ। ਇੱਥੇ ਜਿਹੜਾ ਹੈ MLA ਆਪਣਾ ਸੀਐਮ ਚੁਣਦੇ ਨੇ, ਉਹ ਜਿਹੜੇ ਬਣਨਗੇ ਜਿਹੜਾ ਉਹਨੂੰ ਚੰਗਾ ਲੱਗੇ ਚੁਣ ਦੇਣਗੇ। ਪਾਰਟੀ ਦਾ ਨਾਂ ਅਜੇ ਰੱਖਿਆ ਨੀ, ਅਜੇ ਥੋੜੀ ਦੇਰ ਰਜਿਸਟਰਡ ਕਰਾਉਣ ਵਾਸਤੇ ਦਿੱਤੀ ਹੈ ਤੇ ਹੋ ਜਾਏਗੀ। ਫਿਰ ਕਦੋਂ ਤੱਕ ਐਲਾਨ ਹੋ ਸਕਦਾ? ਛੇਤੀ ਹੋ ਜਾਏਗਾ। ਤੇ ਸਰਬਜੀਤ ਮੱਖਣ ਇੱਥੋਂ ਉਮੀਦਵਾਰ ਕਲੀਅਰ ਨੇ? ਸਰਬਜੀਤ ਮੱਖਣ ਜੀ ਨੂੰ ਅਸੀਂ ਇੱਥੋਂ ਅੱਗੇ ਲਾ ਦਿੱਤਾ ਤੇ ਪਰ ਰਜਿਸਟਰਡ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਹੀ ਅੱਗੇ ਲਾਵਾਂਗੇ। ਹੋਰ ਦੱਸੋ।